ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੀਐਮ ਨਰਿੰਦਰ ਮੋਦੀ ਉੱਤੇ ਗੁਜਰਾਤ ਦੇ ਚੋਣਾਂ ਜਿੱਤਣ ਦੇ ਲਈ ਝੂਠ ਫੈਲਾਉਣ ਦਾ ਆਰੋਪ ਲਗਾਇਆ ਹੈ ਅਤੇ ਉਹਨਾਂ ਨੂੰ ਦੇਸ਼ ਤੋਂ ਮਾਫੀ ਮੰਗਣ ਦੇ ਲਈ ਕਿਹਾ ਹੈ। ਉਹਨਾਂ ਨੇ ਨਿਲੰਬਿਤ ਕਾਂਗਰਸ ਨੇਤਾ ਮਨੀ ਸ਼ੰਕਰ ਅਈਅਰ ਉੱਤੇ ਲੱਗੇ ਉਸ ਆਰੋਪ ਨੂੰ ਵੀ ਖਾਰਿਜ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਗੁਜਰਾਤ ਚੋਣਾਂ ਦੇ ਲਈ ਅਈਅਰ ਨੇ ਪਾਕਿਸਤਾਨੀ ਰਾਜਨਾਇਕਾਂ ਨੂੰ ਡਿਨਰ ਉੱਤੇ ਬੁਲਾਇਆ ਸੀ। ਨੋਟਬੰਦੀ ਦੇ ਕਾਰਨ ਮੰਦੀ ਦਾ ਸਾਹਮਣਾ ਕਰ ਰਹੀ ਭਾਰਤ ਦੀ ਅਰਥਵਿਵਸਥਾ ਦੀ ਵਿਕਾਸ ਦਰ ਇਸ ਸਾਲ 6.7% ਦੀ ਦਰ ਤੋਂ ਵੱਧ ਕੇ ਅਗਲੇ ਸਾਲ 7.2% ਅਤੇ ਸਾਲ 2019 ਵਿੱਚ 7.4% ਹੋਣ ਦਾ ਅਨੁਮਾਨ ਹੈ। ਯੂਐਨ ਦਾ ਕਹਿਣਾ ਹੈ ਕਿ ਭਾਰਤ ਦੀ ਅਰਥਵਿਵਸਥਾ ਫਿਰ ਤੋਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਅਰਥਵਿਵਸਥਾ ਬਣਨ ਦੇ ਲਈ ਤਿਆਰ ਹੈ। ਰਾਹੁਲ ਗਾਂਧੀ ਨੂੰ ਕਾਂਗਰਸ ਦਾ ਅਧਿਕਸ਼ ਚੁਣ ਲਿੱਤਾ ਗਿਆ ਹੈ। 19 ਸਾਲ ਤੋਂ ਦੇਸ਼ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਦੀ ਬਾਗਡੋਰ ਉਹਨਾਂ ਦੀ ਮਾਂ ਦੇ ਹੱਥ ਵਿੱਚ ਸੀ। 47 ਸਾਲ ਦੇ ਰਾਹੁਲ 16 ਦਸੰਬਰ ਨੂੰ ਔਪਚਾਰਿਕ ਰੂਪ ਤੋਂ ਆਪਣਾ ਕਾਰਜਭਾਰ ਸੰਭਾਲਣਗੇ। ਪੀਐਮ ਨਰਿੰਦਰ ਮੋਦੀ ਨੇ ਰਾਹੁਲ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਲਈ ਉਪਯੋਗੀ ਕਾਰਜਕਾਲ ਦੀ ਕਾਮਨਾ ਕੀਤੀ। ਪਾਕਿਸਤਾਨ ਨੇ ਕਾਂਗਰਸ ਦੇ ਨੇਤਾਵਾਂ ਅਤੇ ਆਪਣੇ ਉੱਚਾਯੁਗ ਦੇ ਵਿੱਚ ਨਵੀਂ ਦਿੱਲੀ ਵਿੱਚ ਹੋਈ ਗੁਪਤ ਬੈਠਕ ਦੇ ਆਰੋਪਾਂ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਭਾਰਤ ਨੂੰ ਚਾਹੀਦਾ ਹੈ ਕਿ ਆਪਣੇ ਚੁਣਾਵੀ ਬਹਿਸ ਵਿੱਚ ਇਸਲਾਮਾਬਾਦ ਨੂੰ ਨਾ ਘਸੀਟਿਆ ਜਾਵੇ। ਪਾਕਿਸਤਾਨ ਨੇ ਪੀਐਮ ਨਰਿੰਦਰ ਮੋਦੀ ਦੀ ਟਿੱਪਣੀ ਨੂੰ ਆਧਾਰਹੀਣ ਅਤੇ ਗੈਰ ਜ਼ਿੰਮੇਦਾਰ ਦੱਸਿਆ। ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਨੂੰ ਭਾਰਤ ਦੇ ਸਹਿਯੋਗ ਤੋਂ ਇਸ ਗਰੁੱਪ ਦੇ ਨਾ ਸਿਰਫ ਰਾਜਨੀਤਿਕ ਪ੍ਰੋਫਾਈਲ ਅਤੇ ਸ਼ਮਤਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਬਲਕਿ ਮਿਡ ਅਤੇ ਦਕਸ਼ਿਣ ਏਸ਼ੀਆ ਦੀ ਸਥਿਤੀ ਨੂੰ ਸਥਿਰ ਕਰਨ ਵਿੱਚ ਵੀ ਗਰੁੱਪ ਸਕਸ਼ਮ ਹੋਇਆ ਹੈ। ਇਸ ਤੋਂ ਅਫਗਾਨਿਸਤਾਨ ਵਿੱਚ ਅਤੇ ਉਸਦੇ ਨੇੜੇ ਦੇ ਸੰਕਟ ਨੂੰ ਹੱਲ ਕਰਨ ਵਿੱਚ ਵੀ ਮਦਦ ਮਿਲੇਗੀ। ਸੀਨੀਅਰ ਐਡਵੋਕੇਟ ਰਾਜੀਵ ਧਵਨ ਨੇ CJI ਦੀਪਕ ਮਿਸ਼ਰਾ ਨੂੰ ਲਿਖਿਆ ਹੈ ਕਿ ਹੁਣ ਉਹ ਵਕਾਲਤ ਛੱਡ ਰਹੇ ਹਨ। ਉਹਨਾਂ ਨੇ ਅਦਾਲਤ ਵਿੱਚ ਹੋਣ ਵਾਲੇ ਅਪਮਾਨ ਨੂੰ ਇਸ ਦੀ ਵਜ੍ਹਾ ਦੱਸਿਆ। CJI ਦੁਆਰਾ ਕੁਝ ਸੀਨੀਅਰ ਵਕੀਲਾਂ ਦੇ ਆਚਰਣ ਉੱਤੇ ਆਪੱਤੀ ਜਤਾਉਣ ਦੇ ਬਾਅਦ ਇਹ ਗੱਲ ਸਾਹਮਣੇ ਆਈ ਹੈ। ਉੱਤਰੀ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਅਤੇ ਆਤੰਕਵਾਦੀਆਂ ਦੇ ਵਿੱਚ ਹੋਈ ਗੋਲੀਬਾਰੀ ਵਿੱਚ 3 ਆਤੰਕਵਾਦੀ ਮਾਰੇ ਗਏ। 3 ਆਤੰਕਵਾਦੀ ਪਾਕਿਸਤਾਨੀ ਦੱਸੇ ਜਾਂਦੇ ਹਨ। ਕਥਿਤ ਰੂਪ ਤੋਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਜਿਸ ਘਰ ਤੋਂ ਆਤੰਕਵਾਦੀ ਲੁਕੇ ਹੋਏ ਸਨ ਉਸ ਘਰ ਤੋਂ ਇੱਕ ਮਹਿਲਾ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਕ੍ਰਾਸ ਫਾਇਰਿੰਗ ਵਿੱਚ ਮਾਰੀ ਗਈ। ਇਲੈਕਸ਼ਨ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇੱਕ ਉਮੀਦਵਾਰ ਨੂੰ 2 ਨਿਰਵਾਚਨ ਖੇਤਰਾਂ ਤੋਂ ਨਹੀਂ ਲੜਨਾ ਚਾਹੀਦਾ। ਯਾਚਿਕਾਕਰਤਾ ਅਤੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਇ ਨੇ ਕਿਹਾ ਕਿ ਲੋਕਤੰਤਰ ਵਿੱਚ ਇੱਕ ਬੰਦਾ ਇੱਕ ਵੋਟ ਅਤੇ ਇੱਕ ਉਮੀਦਵਾਰ ਇੱਕ ਨਿਰਵਾਚਨ ਖੇਤਰ ਹੁੰਦਾ ਹੈ। BCCI ਨੇ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਉੱਤੇ ਲੱਗੇ ਪ੍ਰਤੀਬੰਧ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਬੇਸ਼ਰਤੇ IPL ਦੇ ਸਾਬਕਾ ਅਧਿਕਸ਼ ਲਲਿਤ ਮੋਦੀ ਕੰਮ ਕਾਜ ਤੋਂ ਦੂਰ ਰਹਿਣ। ਮਈ 2014 ਵਿੱਚ ਭਾਰਤੀ ਕ੍ਰਿਕਟ ਬੋਰਡ ਨੇ ਇਸ ਨੂੰ ਨਿਲੰਬਿਤ ਕਰ ਦਿੱਤਾ ਸੀ ਜਦ IPL ਦੇ ਸਾਬਕਾ IPL ਕਮਿਸ਼ਨਰ ਮੋਦੀ ਨੂੰ ਦੁਬਾਰਾ ਅਧਿਕਸ਼ ਚੁਣਿਆ ਗਿਆ ਸੀ। ਇੰਡੀਅਨ ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਦੀ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਵਿਆਹ ਹੋ ਗਿਆ ਹੈ। ਸੋਮਵਾਰ ਦੁਪਹਿਰ ਨੂੰ ਇਟਲੀ ਦੇ ਟਸਕਨੀ ਵਿੱਚ ਕਰੀਬੀ ਰਿਸ਼ਤੇਦਾਰਾਂ ਦੇ ਵਿੱਚ ਇਹ ਵਿਆਹ ਹੋਇਆ। ਉਹਨਾਂ ਨੇ ਆਪਣੇ ਜੀਵਨ ਦੀ ਇਸ ਨਵੀਂ ਪਾਰੀ ਦੀ ਘੋਸ਼ਣਾ ਸੋਸ਼ਲ ਮੀਡੀਆ ਉੱਤੇ ਕੀਤੀ ਜਿੱਥੇ ਤੇਜ਼ੀ ਤੋਂ ਵਧਾਈ ਸੰਦੇਸ਼ਾਂ ਦੇ ਤਾਂਤਾ ਲੱਗ ਗਿਆ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।